ਕਿਹਾ ਜਾਂਦਾ ਹੈ ਕਿ ਇੱਕ ਅਦਾਕਾਰ ਅਤੇ ਇੱਕ ਫਨਕਾਰ ਕਦੇ ਵੀ ਮਰਦਾ ਨਹੀਂ ਬਲਕਿ ਆਪਣੇ ਕੰਮ ਦੇ ਜ਼ਰੀਏ ਹਮੇਸ਼ਾ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਜਿਉਂਦਾ ਰਹਿੰਦਾ ਹੈ। ਅਜਿਹੀ ਹੀ ਸ਼ਖਸੀਅਤ ਸੀ ਅਦਾਕਾਰ ਦੀਪ ਸਿੱਧੂ, ਜਿਸ ਨੂੰ ਮੌਤ ਦੇ ਬੇਰਹਿਮ ਹੱਥਾਂ ਨੇ ਸਾਡੇ ਤੋਂ ਖੋਹ ਲਿਆ। ਲੇਕਿਨ ਉਸ ਦੀ ਮੌਤ ਤੋਂ ਪਹਿਲਾਂ ਮਿਊਜ਼ਿਕ ਵੀਡੀਓ ਲਾਹੌਰ ਬਣ ਚੁੱਕਿਆ ਸੀ, ਬਸ ਰਿਲੀਜ਼ ਕਰਨਾ ਹੀ ਬਾਕੀ ਸੀ। ਲੇਕਿਨ ਹੁਣ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਮਿਊਜ਼ਿਕ ਵੀਡੀਓ ਲਾਹੌਰ ਦੋ ਦੋਸਤਾਂ ਦੀ ਦਾਸਤਾਨ ਨੂੰ ਬਿਆਨ ਕਰਦਾ ਹੈ ਜੋ ਕਿ ਬਟਵਾਰੇ ਦੇ ਵਿੱਚ ਵਿਛੜ ਗਏ ਸੀ। ਉਸੇ ਅਹਿਮ ਕਿਰਦਾਰ ਨੂੰ ਨਿਭਾਉਂਦੇ ਹੋਏ ਦੀਪ ਸਿੱਧੂ ਬੇਹੱਦ ਅਲੱਗ ਅੰਦਾਜ਼ ਦੇ ਵਿੱਚ ਵਿਖਾਈ ਦੇ ਰਹੇ ਨੇ ਅਤੇ ਰਿਲੀਜ਼ ਕੀਤੇ ਗਏ ਇਸ ਵੀਡੀਓ ਬਾਰੇ ਗੱਲਬਾਤ ਕਰਦੇ ਹੋਇਆਂ ਉਹਨਾਂ ਦੇ ਭਰਾ ਨੇ ਵੀ ਦੱਸਿਆ ਕਿ ਇਸ ਵੀਡੀਓ ਨੂੰ ਦੀਪ ਸਿੱਧੂ ਨੂੰ ਸਮਰਪਿਤ ਕਰਦੇ ਹੋਏ ਉਸ ਨੂੰ ਯਾਦ ਕੀਤਾ ਗਿਆ ਹੈ ਅਤੇ ਦੀਪ ਸਿੱਧੂ ਦੀ ਕਮੀ ਸਭ ਨੂੰ ਖਟਕਦੀ ਰਹੇਗੀ। ਲਾਹੌਰ ਲਿਖਿਆ ਇੱਕ ਪੋਇਟਰੀ ਸੀ, ਜਿਹੜਾ ਗਾਣਾ ਚੱਲਦਾ ਉਹ ਪ੍ਰੋਪਰ ਲਿਖਿਆ ਹੋਇਆ ਸੀ। ਜਿਹੜੇ ਵਿੱਚ ਸ਼ੇਰ ਨੇ ਉਹ ਖਾਲਸਾ ਰਾਜ ਦੀ ਗੱਲ ਉਹਨਾਂ ਨੇ ਮੇਰੇ ਜ਼ਹਿਨ 'ਚ ਪਾਈ ਹੋਣਾ ਵੀ ਆ ਕਰ। ਮੈਂ ਚਾਹੁੰਦਾ ਕਿ ਜਿਹੜੇ ਵੀ ਵਿਦਵਾਨ ਨੇ ਜਾਂ ਜੋ ਵੀ ਗੁੱਡ ਲਿਸਨਰਸ ਨੇ, ਜਿੰਨੇ ਵੀ ਯੰਗ ਲਿਸਨਰਸ ਨੇ, ਜਿਹੜੇ ਹਮੇਸ਼ਾ ਸਵਾਲ ਚੱਕਦੇ ਆ ਹਮੇਸ਼ਾ ਕਿ ਚੰਗੀ ਚੀਜ਼ ਨਹੀਂ ਆਉਂਦੀ, ਜਿੰਨੇ ਵੀ ਸਾਡੇ ਭਾਈਚਾਰੇ ਨੇ, ਚਾਹੇ ਉਹ ਮੁਸਲਿਮ ਚਾਹੇ ਹਿੰਦੂ ਨੇ ਚਾਹੇ ਕ੍ਰਿਸਚੈਨਿਟੀ ਨੂੰ ਕਿਸੇ ਨੂੰ ਧਰਮ ਨੂੰ ਬਿਲੋਂਗ ਕਰਦੇ ਨੇ, ਉਹ ਚੀਜ਼ ਦੇਖਣਗੇ ਤਾਂ ਉਹ ਅਪਰੀਸ਼ੀਏਟ ਕਰਨਗੇ। ਤਾਂ ਉਹ ਜਦੋਂ ਤੋਂ ਪੰਜਾਬ ਸ਼ੰਭੂ ਮੋਰਚਾ ਲਾਇਆ ਉਹਨੇ, ਪਹਿਲੀ ਕਾਨਫਰੰਸ ਵੀ ਇੱਥੇ ਕੀਤੀ ਸੀਗੀ ਚੰਡੀਗੜ੍ਹ, ਇਨ ਦੈਟ ਆਲਸੋ ਹੀ ਸੈਡ ਕਿ ਆਪਾਂ ਨੂੰ ਪੰਜਾਬ ਦੀ ਗੱਲ ਕੀਤੀ ਸੀ ਉਹਨੇ ਵੀ ਵੋਟ ਪੰਜਾਬ ਦੇ ਜੋ ਰਾਈਟਸ ਆ, ਵੋਟ ਪੰਜਾਬ ਇਜ਼ ਨੋਟ ਗੈਟਿੰਗ ਫਰੋਮ ਦਾ ਸੈਂਟਰ, ਇਹੀ ਚੀਜ਼ ਉਹ ਕਰਨਾ ਚਾਹੁੰਦਾ ਸੀ। ਇਹੀ ਜਿਵੇਂ ਆਪਾਂ ਕਹਿ ਲਓ ਫੋਰਚੂਨੇਟ ਕਹਿ ਲਈਏ ਜਾਂ ਅਨਫੋਰਚੂਨੇਟ ਕਹਿ ਲਈਏ ਕਿ ਇਹੀ ਉਹ ਸੌਂਗ ਜਿਹੜਾ ਉਹਦਾ ਲਾਸਟ ਰਿਹਾ, ਉਹਦੇ 'ਚ ਵੀ ਉਹ ਸੇਮ ਮੈਸੇਜ ਹੀ ਇੱਕ ਤਰ੍ਹਾਂ ਨਾਲ ਵੀ ਉਹੀ ਡਿਲੀਵਰ ਹੋਇਆ। ਕਿਉਂਕਿ ਇਹ ਕੋਈ ਨੱਚ ਟੱਪ ਕੁਛ ਨਹੀਂ ਹੈਗਾ, ਇਟਸ ਜਸਟ ਅ ਪਿਓਰ ਸਟੋਰੀ, ਇਟਸ ਅ ਸ਼ਾਰਟ ਫਿਲਮ ਆਫ 8-9 ਮਿੰਟਸ। ਜਿੱਦਾਂ ਉਹਨੇ ਗੱਲ ਕੀਤੀ ਸੀ ਕਿ ਭਾਅ ਜੀ ਇਹ ਹੁਣ ਟ੍ਰੇਲਰ ਹੋ ਗਿਆ, ਹੁਣ ਇਹਦੀ ਆਪਾਂ ਫਿਲਮ ਬਣਾਵਾਂਗੇ, ਪ੍ਰੋਸੈਸ 'ਚ ਸੀਗਾ ਕਿ ਥਾਟ ਉਹਨੇ ਦਿੱਤਾ ਸੀਗਾ, ਕਹਿੰਦਾ ਭਾਅ ਜੀ ਇਹਦੇ 'ਤੇ ਕਹਾਣੀ ਲਿਖੋ, ਦੇਖੋ ਕੀ ਹੁੰਦਾ ਕੀ ਬਣਦਾ। ਤਾਂ ਆਪਾਂ ਸੋਚ ਰਹੇ ਸੀ ਕਿ ਚਲੋ ਇਹਦੇ 'ਚ ਵਾਪਸ ਕਹਾਣੀ ਲਿਖਦੇ ਹਾਂ, ਕੁਛ ਕਰਦੇ ਹਾਂ, ਦੇਖਦੇ ਹਾਂ ਕਿ ਇਹਦਾ ਕੀ ਰਿਸਪੋਂਸ ਆਉਂਦਾ ਉਸ ਤੋਂ ਬਾਅਦ ਆਪਾਂ। ਬਟ ਥਾਟ 'ਚ ਸੀਗਾ ਕਿ ਚਲੋ ਇਸ ਕਹਾਣੀ 'ਚ ਵੀ ਆਪਾਂ ਦੇਖਾਂਗੇ ਕੀ ਕਰ ਸਕਦੇ ਹਾਂ। ਹਾਲੇ ਉਹ ਗੱਲ ਹੀ ਜਦੋਂ ਫਾਈਨਲ ਪ੍ਰੋਡਕਟ ਦੇਖਿਆ ਤਾਂ ਉਹਨੇ ਕਿਹਾ ਸੀ ਭਾਅ ਜੀ ਹੁਣ ਟ੍ਰੇਲਰ ਹੋ ਗਿਆ, ਆਪਾਂ ਇਹਦੇ 'ਚ ਫਿਲਮ ਕਰਨੇ ਆ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ।